सत श्रीकाल जी सारे आस करदा तुसीं सारे ठीक ठाक होवोंगे। तां कौमी इंसाफ मोर्चे दे विच वख वख तस्वीरां देखण नूं मिलदियां ने, सेवा भावनावां हर एक दे विच है। तां हर एक तरह की जिहड़ी है रस्म इत्थे अदा की जा रही है, कोई अनाज कोई वख वख तरह दी सब्जियां। तां बई जी होरी मोहाली दे रहण वाले ने, तां गोभी दी ट्राली भरी हुई सी क्योंकि हुण जिहड़ा खेतों के गोभी लगाई जा रही है। तो हूँ ये थोड़ी जी क्योंकि जिनी कि इतने लोड़ है क्योंकि इतने बहुत सारा राशन पिया होया, तो यह ट्राली भर के मोहाली के रहने वाले नौजवान ने तो इतने लैके आए हैं। भाजी कितों आई है ट्राली? अच्छा अच्छा, फिर इतने लंगर वास्ते सेवा? लंगर सेवा वास्ते लंगर भी ज्यादा गोभी खराब हो जाने थे, अंब साहब उतार के आने हैं, गुरुद्वारे होर उतार सेवा खराब ना हो चली जाए इस चलद्या हो। वीर जी तुसी ट्राली लैके आए, ट्रैक्टर लैके आए? अच्छा, केड़े पिंड तो? अच्छा अच्छा, ये फिर कि जहन के इत लंगर दिता जाए? बस फिर जहन सेवा ही है। अच्छा, सारे पिंड दी? ਨਾ ਪਿੰਡ ਦੀ ਨਹੀਂ, ਫਿਰ ਨਾਲ ਦੀ ਮੁੰਡੇ ਆ ਅਲੱਗ ਅਲੱਗ ਪਿੰਡ ਚੋਂ ਹੈ। ਅੱਛਾ, ਕੋਈ ਚਾਚੋ ਮਾਜਰੇ ਦਾ ਹੈ, ਕੋਈ ਰਾਏਪੁਰ ਦਾ ਹੈ, ਭੱਗੂ ਮਾਜਰੇ ਦਾ ਹੈ। ਇਹ ਗੋਭੀ? ਅੱਛਾ, ਤਾਂ ਇਹ ਹੁਣ ਬਾਕੀ ਅੰਬ ਸਾਹਿਬ ਆਪਣੇ ਭਰਾ ਦੀ ਇੱਥੇ ਰੋਪੜ ਲਾਈ ਹੋਈ ਸੀਗੀ। ਅੱਛਾ ਅੱਛਾ, ਵੀਰ ਨੇ ਲਾਈ ਸੀ ਬਾਈ, ਕੀ ਨਾਮ ਹੈ ਤੁਹਾਡਾ? ਮੇਰਾ ਵੀਰ ਸਿਮਰਨ। ਸਿਮਰਨ ਬਾਈ, ਇਹ ਫਿਰ ਕਿੱਦਾਂ ਜ਼ਹਿਨ ਦੇ ਵਿੱਚ ਆਇਆ ਕਿ ਫਿਰ ਇੱਥੇ ਮੋਰਚੇ ਦੇ ਵਿੱਚ ਇਸ ਤਰ੍ਹਾਂ ਕੋਈ ਗੋਭੀ ਲੈ ਕੇ ਜਾਣੀ ਹੋ? ਇਸ ਤੋਂ ਬਾਅਦ ਜਿੰਨੀ ਆਪਣੇ ਆਪਣੇ ਜਿੰਨੀ ਸੇਵਾ ਦੇ ਰਹੇ ਤੇ ਸੋਚੇ ਸਾਨੂੰ ਕੁਛ ਦੇਣਾ ਚਾਹੀਦਾ, ਵੀਰ ਯੋਗਦਾਨ ਦੇਣਾ ਚਾਹੀਦਾ, ਤਾਂ ਫਿਰ ਅਸੀਂ ਸਾਰੇ ਲੋਕਲ ਮੁੰਡੇ ਇਕੱਠੇ ਹੋ ਗਏ ਆਪਣਾ ਉੱਥੋਂ ਰੋਪੜ ਜ਼ਹਿਨ 'ਚ ਨਹੀਂ ਆਇਆ ਖਰਚਾ ਹੈ, ਫਰਜ਼ ਸਾਡਾ ਹੈ ਜੀ। ਮਤਲਬ ਫਰਜ਼ ਸਮਝ ਇੱਥੇ ਪਹੁੰਚੇ ਹੋਏ ਹੋ, ਕੌਮੀ ਇਨਸਾਫ ਮੋਰਚੇ ਦੇ ਵਿੱਚ ਆਏ ਹੋ, ਤਾਂ ਲੰਗਰ ਕਹਿੰਦੇ ਇੱਥੇ ਪਹਿਲਾਂ ਵੀ ਸਬਜ਼ੀ ਬਹੁਤ ਪਈ ਆ, ਹੁਣ ਬਾਕੀ ਜਿਹੜੀ ਫਿਰ ਅੰਬ ਸਾਹਿਬ ਗੁਰਦੁਆਰਾ? ਅੰਬ ਸਾਹਿਬ ਗੁਰਦੁਆਰਾ ਜੀ ਸੋਹਣੇ, ਬਾਬਿਆਂ ਦੇ ਕੋਈ ਹੋਰ ਲੋੜਵੰਦ ਹੋਊਗਾ ਜੀ ਉਹਨੂੰ ਦੇ ਦੂੰਗੇ। ਇਸੇ ਤਰ੍ਹਾਂ ਫਿਰ ਸੇਵਾ ਕਰਦੇ ਹੋ ਅੱਗੇ ਵੀ? ਜੀ ਜੀ ਜੀ, ਜਿਹੜੀ ਸੇਵਾ ਸਿਮਰਨ ਬਈ ਆ ਤਾਂ ਮੋਹਾਲੀ ਦੇ ਰਹਿਣ ਵਾਲੇ ਨੇ, ਇਹਨਾਂ ਵੱਲੋਂ ਵੱਖਰੀ ਤਸਵੀਰ ਸਾਂਝੀ ਕੀਤੀ ਆ ਕਿ ਇਹ ਜ਼ਹਿਨ ਦੇ ਵਿੱਚ ਨਹੀਂ, ਇਹ ਫਰਜ਼ ਸੀ ਸਾਡਾ ਕਿ ਅਸੀਂ ਇੱਥੇ ਇਹ ਸਬਜ਼ੀ ਲੈ ਕੇ ਆਈਏ ਤਾਂ ਇੱਥੇ ਸੰਗਤ ਦੇ ਮੂੰਹ ਦੇ ਵਿੱਚ ਜਾਵੇ। ਤਾਂ ਇਹ ਮੋਹਾਲੀ ਦੇ ਰਹਿਣ ਵਾਲੇ ਨੇ, ਵੱਖ ਵੱਖ ਪਿੰਡ ਨੇ ਇਹਨਾਂ ਦੇ ਵਿੱਚ, ਮੋਹਾਲੀ ਦੇ ਜ਼ਿਲ੍ਹਾ ਮੋਹਾਲੀ ਪੈਂਦਾ, ਤਾਂ ਇੱਥੇ ਪਹੁੰਚਣੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਤਸਵੀਰ ਜਿਹੜੀ ਆ ਤੁਹਾਨੂੰ ਸਾਂਝੀ ਕੀਤੀ ਹੈ।